ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਔਫੀਸ਼ੀਅਲ ਯੂਟਿਊਬ ਚੈਨਲ ਉੱਪਰ। ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ, ਪੇਪਰਾਂ ਦੀ ਤਿਆਰੀ ਵਧੀਆ ਕਰ ਰਹੇ ਹੋ। ਜਿਸ ਤਰ੍ਹਾਂ ਤੁਹਾਡੇ ਅੱਗੇ ਬਹੁਤ ਸਾਰੇ ਪੇਪਰ ਆ ਚੁੱਕੇ ਹਨ ਅਤੇ ਹੋਰ ਵੀ ਆਉਣ ਵਾਲੇ ਹਨ, ਤਾਂ ਦੋਸਤੋ ਸਾਰਿਆਂ ਦੀ ਪ੍ਰੈਪਰੇਸ਼ਨ ਤੁਹਾਡੀ ਇੱਥੇ ਹੀ ਹੋ ਜਾਵੇਗੀ। ਬਹੁਤ ਵਧੀਆ ਕੰਟੈਂਟ ਦਿੱਤਾ ਜਾ ਰਿਹਾ ਹੈ। ਤਾਂ ਦੋਸਤੋ ਜੇਕਰ ਚੈਨਲ 'ਤੇ ਨਿਊ ਵਿਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ। ਵੀਡੀਓ ਵਧੀਆ ਲੱਗੀ ਉਸਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ, ਮਿੱਤਰਾਂ, ਭੈਣਾਂ, ਭਰਾਵਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ। ਤਾਂ ਦੋਸਤੋ ਚੱਲਦੇ ਹਾਂ ਆਪਾਂ ਪਹਿਲੇ ਕੁਸ਼ਚਨ ਵੱਲ। ਦੋਸਤੋ ਪਹਿਲਾ ਕੁਸ਼ਚਨ ਕਹਿੰਦਾ ਹੈ ਕਿ ਸਤਲੁਜ ਦਰਿਆ ਉੱਤੇ ਹੇਠਾਂ ਦਿੱਤੇ ਡੈਮ ਵਿੱਚੋਂ ਕਿਹੜਾ ਡੈਮ ਬਣਾਇਆ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਸੋਰੀ ਭਾਵੜਾ ਡੈਮ। ਨੈਕਸਟ ਕੁਸ਼ਚਨ ਕਹਿੰਦਾ ਹੈ ਓਪਰੇਸ਼ਨ ਬਲੂ ਸਟਾਰ ਇਹਨਾਂ ਵਿੱਚੋਂ ਕਿਸ ਮੇਜਰ ਜਨਰਲ ਦੀ ਕਮਾਂਡ ਹੇਠ ਚਲਾਇਆ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੁਲਦੀਪ ਸਿੰਘ ਬਰਾੜ। ਨੈਕਸਟ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਕਿ ਕਿਸ ਸੰਨ ਦੇ ਅਪ੍ਰੈਲ ਮਹੀਨੇ ਸਿੰਘ ਸਭਾ ਦਾ ਨਾਮ ਬਦਲ ਕੇ ਖਾਲਸਾ ਦੀਵਾਨ ਕੀਤਾ ਗਿਆ? ਤਾਂ ਇਸਦਾ ਰਾਈਟ ਆਂਸਰ ਹੈ 1883, ਕਿਉਂਕਿ ਸਿੰਘ ਸਭਾ ਸੀ ਜੋ ਬਣੀ ਸੀ 1873 ਦੇ ਵਿੱਚ। ਤਾਂ ਇਹ ਡੇਟ ਵੀ ਤੁਹਾਨੂੰ ਯਾਦ ਹੋਣੀ ਜੀ, 1873 ਅਤੇ 1883। ਨੈਕਸਟ ਕੁਸ਼ਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਕਿ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਦਿਲਰੁਬਾ ਨਾਮਕ ਯੰਤਰ ਦੀ ਕਾਢ ਦਾ ਸਿਹਰਾ ਦਿੱਤਾ ਗਿਆ ਹੈ? ਤਾਂ ਇਸਦਾ ਰਾਈਟ ਆਂਸਰ ਹੈ ਗੁਰੂ ਗੋਬਿੰਦ ਸਿੰਘ ਜੀ, ਅਤੇ ਤਾਊਸ ਹੈ ਜੋ ਤਾਊਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੁਆਰਾ ਕਾਢ ਕੀਤੀ ਗਈ ਉਹਨਾਂ ਦਾ ਯੰਤਰ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਤਾਊਸ, ਦਿਲਰੁਬਾ ਗੁਰੂ ਗੋਬਿੰਦ ਸਿੰਘ ਜੀ। ਨੈਕਸਟ ਕੁਸਚਨ ਕਹਿੰਦਾ ਹੈ ਕਿ ਪੰਜਾਬ ਦਾ ਪਹਿਲਾ ਸਾਫਟਵੇਅਰ ਟੈਕਨੋਲੋਜੀ ਪਾਰਕ 1998-99 ਵਿੱਚ ਕਿਸ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਸੀ? ਤਾਂ ਇਸਦਾ ਰਾਈਟ ਆਂਸਰ ਹੈ ਸਰ ਜੀ ਮੋਹਾਲੀ। ਅਗਲਾ ਕੁਸ਼ਚਨ ਕਹਿੰਦਾ ਹੈ ਕਿ ਮਾਈਕਲ ਓ ਡਵਾਇਰ ਦੀ ਹੱਤਿਆ ਇਹਨਾਂ ਵਿੱਚੋਂ ਕਿਸ ਭਾਰਤੀ ਇਨਕਲਾਬੀ ਨੇ ਕੀਤੀ ਸੀ? ਤਾਂ ਇਸਦਾ ਰਾਈਟ ਆਂਸਰ ਹੈ ਊਧਮ ਸਿੰਘ ਨੇ 1940 ਦੇ ਵਿੱਚ ਕੀਤੀ ਸੀ। ਯਾਦ ਰੱਖਣੀ ਹੈ ਡੇਟ ਵੀ ਦੋਸਤੋ ਪਿਆਰੇ। ਦੋਸਤੋ ਅਗਲਾ ਕੁਸ਼ਚਨ ਕਹਿੰਦਾ ਹੈ ਕਿ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਸਿੱਖ ਭਗਤੀ ਸੰਗੀਤ ਦਾ ਕਿਹੜਾ ਸੰਗੀਤਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਸੀ? ਤਾਂ ਇੰਪੋਰਟੈਂਟ ਕੁਸ਼ਚਨ ਹੈ ਪਦਮ ਸ਼੍ਰੀ। ਤਾਂ ਇਸਦਾ ਰਾਈਟ ਆਂਸਰ ਹੈ ਭਾਈ ਨਿਰਮਲ ਸਿੰਘ ਖਾਲਸਾ। ਅਗਲਾ ਕੁਸ਼ਚਨ ਕਹਿੰਦਾ ਹੈ ਕਿ ਕਿਲ੍ਹਾ ਮੁਬਾਰਕ ਇੱਕ ਇਤਿਹਾਸਿਕ ਮਹੱਤਤਾ ਵਾਲੀ ਸਮਾਰਕ ਪੰਜਾਬ ਦੇ ਡੈਸ਼ ਸ਼ਹਿਰ ਵਿਖੇ ਸਥਿਤ ਹੈ? ਤਾਂ ਇਸਦਾ ਰਾਈਟ ਆਂਸਰ ਹੈ ਬਠਿੰਡਾ। ਅਗਲਾ ਕੁਸ਼ਚਨ ਕਹਿੰਦਾ ਹੈ ਪੰਜਾਬ ਦਾ ਕੁੱਲ ਕਾਸ਼ਤ ਯੋਗ ਰਕਬਾ 4.2 ਮਿਲੀਅਨ ਹੈਕਟੇਅਰ ਹੈ, ਜੋ ਕਿ ਭਾਰਤ ਵਿੱਚ ਬੀਜੇ ਜਾਣ ਵਾਲੇ ਕੁੱਲ ਰਕਬੇ ਦਾ ਹੈ? ਫੈਕਚੁਅਲ ਕੁਸ਼ਚਨ ਹੈ ਦੋਸਤੋ 3%। ਅਗਲੇ ਕੁਸ਼ਚਨ ਦੀ ਗੱਲ ਕਰੀਏ ਕਹਿੰਦਾ ਹੈ ਕਿ ਪੈਪਸੂ ਵਿਧਾਨ ਸਭਾ ਨੂੰ ਇਹਨਾਂ ਵਿੱਚੋਂ ਕਿਸ ਪ੍ਰਧਾਨ ਦੁਆਰਾ ਭੰਗ ਕੀਤਾ ਗਿਆ ਸੀ? ਤਾਂ ਇਸਦਾ ਰਾਈਟ ਆਂਸਰ ਹੈ ਡਾਕਟਰ ਰਜਿੰਦਰ ਪ੍ਰਸਾਦ ਦੁਆਰਾ। 1948 ਦੇ ਵਿੱਚ ਪੈਪਸੂ ਬਣਿਆ ਸੀ, 1956 ਦੇ ਵਿੱਚ ਇਸ ਨੂੰ ਕੀ ਹੈ ਪੰਜਾਬ ਦੇ ਵਿੱਚ ਰਲਾ ਲਿਆ ਗਿਆ ਸੀ, ਅਤੇ ਵਿੱਚ ਡਿਫਰੈਂਸ ਹੈ 8 ਦਾ, ਅਤੇ 8 ਸਰ ਜੀ ਕਿੰਨੀਆਂ ਸਾਡੀਆਂ ਰਿਆਸਤਾਂ ਹਨ, 8 ਰਿਆਸਤਾਂ ਹਨ 1956 ਦੇ ਵਿੱਚ। ਤਾਂ ਗੱਲ ਹੋਈ ਹੈ ਵਿਧਾਨ ਸਭਾ ਦੀ, ਤਾਂ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਸਨ ਪੈਪਸੂ ਦੀਆਂ? 60 ਸੀਟਾਂ ਸਨ, ਅਤੇ ਭੰਗ ਕੀਤਾ ਗਿਆ ਸੀ ਉਦੋਂ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ ਜੀ ਸੀ, ਅਤੇ ਪੈਪਸੂ ਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਦੋਸਤੋ। ਨੈਕਸਟ ਕੁਸਚਨ ਕਹਿੰਦਾ ਹੈ ਜਲ੍ਹਿਆਂਵਾਲਾ ਬਾਗ ਕਤਲੇਆਮ ਨੇ ਜਾਂ ਨੂੰ ਕਤਲੇਆਮ ਨੂੰ ਕਵਿਤਾ ਖੂਨੀ ਵਿਸਾਖੀ ਲਿਖਣ ਲਈ ਪ੍ਰੇਰਿਤ ਕੀਤਾ, ਜਿਸ ਵਿੱਚ ਕਲੋਨੀਅਲ ਸ਼ਾਸਨ ਦਾ ਮਜ਼ਾਕ ਉਡਾਇਆ ਗਿਆ ਹੈ? ਤਾਂ ਖੂਨੀ ਵਿਸਾਖੀ ਜਦੋਂ ਪਾਪੀ ਆ ਗਿਆ, ਖੂਨੀ ਆ ਗਿਆ,
ਤਾਂ ਇਹੋ ਜਿਹਾ ਆ ਗਿਆ ਤਾਂ ਉਦੋਂ ਨਾਨਕ ਸਿੰਘ ਤੁਹਾਨੂੰ ਯਾਦ ਆ ਜਾਣਾ ਚਾਹੀਦਾ, ਜਾਂ ਇੱਕ ਮਿਆਨ ਦੋ ਤਲਵਾਰਾਂ, ਜਿੱਥੇ ਕਿ ਤਲਵਾਰਾਂ ਦੀ ਗੱਲ ਹੋਗੀ ਉਸ ਖੂਨ ਵੀ ਮੰਗੇਗੀ, ਤਲਵਾਰ ਖੂਨ ਮੰਗੇਗੀ, ਅਤੇ ਜਿਹੜਾ ਖੂਨ ਵਹਾਵੇਗਾ ਉਹ ਪਾਪੀ ਵੀ ਹੋਵੇਗਾ। ਤਾਂ ਇਸ ਤਰ੍ਹਾਂ ਟ੍ਰਿਕ ਦੇ ਨਾਲ ਯਾਦ ਰੱਖਣਾ ਦੋਸਤੋ। ਵਧੀਆ ਲੱਗੀ ਟ੍ਰਿਕ ਤਾਂ ਵੀਡੀਓ ਲਾਈਕ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਅਗਲਾ ਕੁਸ਼ਚਨ ਕਹਿੰਦਾ, ਕਾਲੇ ਹਿਰਨ ਦੀ ਖਤਰੇ ਵਿੱਚ ਪੈ ਰਹੀ ਨਸਲ ਦੀ ਰੱਖਿਆ ਲਈ ਬਿਸ਼ਨੋਈ ਭਾਈਚਾਰੇ ਦੀ ਪਹਿਲਕਦਮੀ ਪੰਜਾਬ ਵਿੱਚ ਹੇਠ ਲਿਖੇ ਜੰਗਲੀ ਜੀਵ ਸੈਂਚਰੀਆਂ ਵਿੱਚੋਂ ਕਿਸ ਨਾਲ ਜੁੜੀ ਹੋਈ ਹੈ? ਤਾਂ ਯਾਦ ਰੱਖਣਾ ਦੋਸਤੋ, ਬਿਸ਼ਨੋਈ ਭਾਈਚਾਰਾ, ਕਾਲਾ ਹਿਰਨ ਯਾਦ ਰੱਖਣਾ ਹੈ, ਕਿਉਂਕਿ ਇਸਦਾ ਰਾਈਟ ਆਂਸਰ ਹੈ ਹਬੋਰ ਜੰਗਲੀ ਜੀਵ ਸੈਂਚਰੀ। ਹਬੋਰ ਜੰਗਲੀ ਜੀਵ ਸੈਂਚਰੀ ਹੈ, ਕਾਲੇ ਹਿਰਨ ਲਈ ਮਸ਼ਹੂਰ ਹੈ, ਜੋ ਕਿ ਪੰਜਾਬ ਦਾ ਕੀ ਹੈ ਸਟੇਟ ਐਨੀਮਲ ਕਹਿ ਸਕਦੇ ਹਾਂ, ਸਟੇਟ ਐਨੀਮਲ ਹੈ ਬਲੈਕ ਬੱਕ, ਕਾਲਾ ਹਿਰਨ। ਨੈਕਸਟ ਕੁਸ਼ਚਨ ਦੀ ਗੱਲ ਕਰੀਏ, ਕਹਿੰਦਾ ਹੈ ਨਾਨਕ ਸਿੰਘ ਦੁਆਰਾ ਹੇਠ ਲਿਖੇ ਵਿੱਚੋਂ ਕਿਹੜਾ ਨਾਵਲ ਲਿਖਿਆ ਗਿਆ ਹੈ? ਤਾਂ ਸਾਰੀ ਚੀਜ਼ ਜਮ੍ਹਾਂ ਨਹੀਂ ਭੁੱਲਦੇ ਤੁਸੀਂ, ਪਵਿੱਤਰ ਪਾਪੀ ਕੀ ਹੈ ਇਸਦਾ ਰਾਈਟ ਆਂਸਰ ਹੈ। ਨੈਕਸਟ ਕੁਸ਼ਚਨ ਦੀ ਗੱਲ ਕੀਤੀ ਜਾਵੇ, ਕਹਿੰਦਾ ਹੈ ਪੰਜਾਬ ਉੱਤਰ ਪੂਰਬ ਅਤੇ ਉੱਤਰ ਵੱਲ ਇਹਨਾਂ ਵਿੱਚੋਂ ਕਿਸ ਰੇਂਜ ਨਾਲ ਘਿਰਿਆ ਹੋਇਆ ਹੈ? ਤਾਂ ਸ਼ਿਵਾਲਿਕ ਰੇਂਜ ਦੇ ਨਾਲ ਘਿਰਿਆ ਹੋਇਆ ਹੈ। ਅਗਲੇ ਕੁਸ਼ਚਨ ਦੀ ਗੱਲ ਕਰੀਏ, ਕਹਿੰਦਾ ਹੈ ਜਵਾਨ ਕੁੜੀਆਂ ਦੁਆਰਾ ਹੱਥ ਫੜ ਕੇ ਅਤੇ ਵੱਧ ਰਫਤਾਰ ਨਾਲ ਚੱਕਰਾਂ ਵਿੱਚ ਘੁੰਮਦੇ ਹੋਏ ਨੱਚਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਜੀ ਕਿੱਕਲੀ। ਸ਼ਬਦ ਕੀਰਤਨ ਦੀ ਰਾਗੀ ਪਰੰਪਰਾ ਕਿਹਨਾਂ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਸੀ? ਤਾਂ ਸ਼ਬਦ ਕੀਰਤਨ ਨਹੀਂ ਲਿਖਿਆ ਉੱਥੇ, ਗੁਰੂ ਨਾਨਕ ਦੇਵ ਜੀ ਪਾ ਦਿੱਤਾ, ਡੋਲੂ ਮਾਂਝਿਆ ਜਾ ਸਕਦਾ ਤੁਹਾਡਾ। ਸ਼ਬਦ ਕੀਰਤਨ ਦੀ ਰਾਗੀ ਪਰੰਪਰਾ ਪੂਰਾ ਕੁਸ਼ਚਨ ਪੜ੍ਹਨਾ ਹੈ, ਤਾਂ ਇਸਦਾ ਰਾਈਟ ਆਂਸਰ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ। ਅਗਲਾ ਕੁਸ਼ਚਨ ਕਹਿੰਦਾ ਹੈ ਜਗਦੇਵ ਸਿੰਘ ਤਲਵੰਡੀ ਹੇਠ ਲਿਖਿਆਂ ਵਿੱਚੋਂ ਕਿਸ ਰਾਜਨੀਤਿਕ ਪਾਰਟੀ ਦੇ ਮੈਂਬਰ ਸਨ? ਤਾਂ ਸ਼੍ਰੋਮਣੀ ਅਕਾਲੀ ਦਲ। ਨੈਕਸਟ ਕੁਸ਼ਚਨ ਕਹਿੰਦਾ ਹੈ ਤਬਲਾ ਵਜਾਉਣ ਦੀ ਤਕਨੀਕ ਹੇਠ ਲਿਖੇ ਘਰਾਣਿਆਂ ਵਿੱਚੋਂ ਕਿਸ ਨਾਲ ਜੁੜੀ ਹੋਈ ਹੈ? ਪੰਜਾਬ ਘਰਾਣਾ। ਨੈਕਸਟ ਕੁਸ਼ਚਨ ਕਹਿੰਦਾ ਹੈ ਸੁਲਤਾਨ ਰਜੀਆ ਹੇਠ ਲਿਖਿਆਂ ਵਿੱਚੋਂ ਕਿਸ ਨੇ ਲਿਖਿਆ? ਸੁਲਤਾਨ ਰਜੀਆ ਬਲਵੰਤ ਗਾਰਗੀ ਜੀ ਦੀ ਰਚਨਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਸਾਉਣੀ ਦੀ ਫਸਲ ਨਹੀਂ? ਤਾਂ ਇਸਦਾ ਆਂਸਰ ਹੈ ਕਣਕ। ਤਾਂ ਦੋਸਤ ਤੁਹਾਡੇ 20 ਦੇ ਵਿੱਚੋਂ ਕਿੰਨੇ ਸਹੀ ਹੋਏ ਕਮੈਂਟ ਬਾਕਸ ਦੇ ਵਿੱਚ ਦੱਸਣਾ, ਅਤੇ ਜੇਕਰ ਵੀਡੀਓ ਵਧੀਆ ਲੱਗੀ ਇਸਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਆਪਦੇ ਵਿਊਜ਼, ਅਤੇ ਨਾਲ ਨਾਲ ਆਂਸਰ ਵੀ ਦੇਣਾ, ਅਤੇ ਜੇਕਰ ਚੈਨਲ 'ਤੇ ਨਿਊ ਵਿਊਅਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਤਾਂ ਦੋਸਤੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।